ਸਮੂਹ ਸਿੱਖ ਭਾਈਚਾਰੇ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਉਣ ਵਾਲੇ 23 ਜੂਨ ਵਾਲੇ ਦਿਨ ਐਤਵਾਰ ਨੂੰ ਫਰਾਂਸ ਦੀ ਧਰਤੀ 'ਤੇ ਪਲੱਸ ਦੀ ਲਾ ਰਿਪਬਲਿਕ 'ਤੇ ਸਿੱਖ ਕੌਮ ਦੇ ਕੀਤੇ ਹੋਏ ਜੀਨੋਸਾਈਡ ਦੇ ਸੰਬੰਧ ਦੇ ਵਿੱਚ 40 ਸਾਲਾ ਪ੍ਰੋਟੈਸਟ ਜਿਹੜਾ ਆ ਅਸੀਂ ਪਲੱਸ ਦੀ ਲਾ ਰਿਪਬਲਿਕ 'ਤੇ ਕੰਮ ਜਾ ਰਹੇ ਹਾਂ। ਨਿਮਰਤਾ ਸਹਿਤ ਬੇਨਤੀ ਹੈ ਹਮ ਹਮ ਆ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਜਿਹੜਾ ਪ੍ਰੋਟੈਸਟ ਆ 1984 ਤੋਂ ਲੈ ਕੇ ਅੱਜ ਤੱਕ ਦੇ ਸ਼ਹੀਦਾਂ ਦੇ ਪਰਸਾਏ ਹੋਏਗਾ ਅਤੇ ਸਮੂਹ ਗੁਰਦੁਆਰਿਆਂ ਦੀ ਇਹਦੇ ਵਿੱਚ ਪੂਰੀ ਸ਼ਮੂਲੀਅਤ ਹੈ। ਸੋ ਨਿਮਰਤਾ ਸਹਿਤ ਬੇਨਤੀ ਹੈ ਸਿੱਖਾਂ ਨੂੰ ਅਤੇ ਸਮੂਹ ਜਥੇਬੰਦੀਆਂ ਨੂੰ ਸਮੇਂ ਸਿਰ ਪਹੁੰਚ ਕੇ ਆਪਣੀ ਹਾਜ਼ਰੀ ਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਭਾਈਚਾਰੇ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਉਣ ਵਾਲੇ 23 ਜੂਨ ਵਾਲੇ ਦਿਨ ਐਤਵਾਰ ਨੂੰ ਫਰਾਂਸ ਦੀ ਧਰਤੀ 'ਤੇ ਪਲੱਸ ਦੀ ਲਾ ਰਿਪਬਲਿਕ 'ਤੇ ਸਿੱਖ ਕੌਮ ਦੇ ਕੀਤੇ ਹੋਏ ਜੀਨੋਸਾਈਡ ਦੇ ਸੰਬੰਧ ਦੇ ਵਿੱਚ 40 ਸਾਲਾ ਪ੍ਰੋਟੈਸਟ ਜਿਹੜਾ ਆ ਅਸੀਂ ਪਲੱਸ ਦੀ ਰਿਪਬਲਿਕ 'ਤੇ ਕੰਮ ਜਾ ਰਹੇ ਹਾਂ। ਨਿਮਰਤਾ ਸਹਿਤ ਬੇਨਤੀ ਹੈ ਹਮ ਹਮ ਆ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਜਿਹੜਾ ਪ੍ਰੋਟੈਸਟ ਆ 1984 ਤੋਂ ਲੈ ਕੇ ਅੱਜ ਤੱਕ ਦੇ ਸ਼ਹੀਦਾਂ ਦੇ ਪਰਸਾਏ ਹੋਏਗਾ ਅਤੇ ਸਮੂਹ ਗੁਰਦੁਆਰਿਆਂ ਦੀ ਇਹਦੇ ਵਿੱਚ ਪੂਰੀ ਸ਼ਮੂਲੀਅਤ ਹੈ। ਸੋ ਨਿਮਰਤਾ ਸਹਿਤ ਬੇਨਤੀ ਹੈ ਸਿੱਖਾਂ ਨੂੰ ਅਤੇ ਸਮੂਹ ਜਥੇਬੰਦੀਆਂ ਨੂੰ ਸਮੇਂ ਸਿਰ ਪਹੁੰਚ ਕੇ ਆਪਣੀ ਹਾਜ਼ਰੀ ਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।